ਇਸ ਵੇਲੇ ਦੀ ਦੁਖਦਾਈ ਖਬਰ ਸਾਹਮਣੇ ਆ ਰਹੀ ਹੈ ਲੁਧਿਆਣਾ ਦੇ ਫੇਸ 3 ਤੋਂ, ਜਿੱਥੇ 2 ਸਾਲਾਂ ਮਾਸੂਮ ਬੱਚੇ ਦੀ ਮੌਤ ਹੋ ਗਈ ਹੈ। ਇੱਕ ਕਾਰ ਚਾਲਕ ਦੇ ਵੱਲੋਂ ਇਸ ਬੱਚੇ ਨੂੰ ਦਰੜ ਦਿੱਤਾ ਗਿਆ। ਉੱਥੇ ਇਹ ਵੀ ਦੱਸਿਆ ਜਾ ਰਿਹਾ ਕਿ ਜਦੋਂ ਇਸ ਬੱਚੇ ਦੇ ਨਾਲ ਇਹ ਭਿਆਨਕ ਹਾਦਸਾ ਵਾਪਰਿਆ ਤਾਂ ਜਦੋਂ ਪੀੜਿਤ ਪਰਿਵਾਰ ਬੱਚੇ ਦੀ ਰੋਣ ਦੀ ਆਵਾਜ਼ਾਂ ਸੁਣ ਕੇ ਮੌਕੇ ਤੇ ਪਹੁੰਚਿਆ ਤੇ ਜਿਸ ਕਾਰ ਚਾਲਕ ਦੇ ਵੱਲੋਂ ਇਸ ਬੱਚੇ ਨੂੰ ਦਰੜਿਆ ਗਿਆ, ਇਹ ਦੋਨੋਂ ਧਿਰਾਂ ਆਪਸ ਦੇ ਵਿੱਚ 1 ਘੰਟੇ ਤੱਕ ਬਹਿਸਬਾਜ਼ੀ ਕਰਦੀਆਂ ਰਹੀਆਂ। ਕਾਰ ਚਾਲਕ ਆਪਣੀ ਸਫਾਈ ਪੇਸ਼ ਕਰਦਾ ਰਿਹਾ ਤੇ ਪੀੜਿਤ ਪਰਿਵਾਰ ਇਸ ਕਾਰ ਚਾਲਕ ਦੇ ਉੱਤੇ ਦੋਸ਼ ਲਗਾਉਂਦਾ ਰਿਹਾ, ਲੇਕਿਨ 1 ਘੰਟੇ ਤੱਕ ਇਸ ਬੱਚੇ ਨੂੰ ਹਸਪਤਾਲ ਲਿਜਾਉਣ ਦੀ ਕੋਸ਼ਿਸ਼ ਨਹੀਂ ਕੀਤੀ ਤੇ ਜਦੋਂ 1 ਘੰਟੇ ਬਾਅਦ ਇਸ ਬੱਚੇ ਨੂੰ ਹਸਪਤਾਲ ਲਿਜਾਇਆ ਗਿਆ ਤਾਂ ਉਦੋਂ ਤੱਕ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ। ਤਾਂ ਇਸ ਮੌਕੇ ਪੁਲਿਸ ਵੀ ਮੌਕੇ ਤੇ ਪਹੁੰਚੀ ਹੈ, ਜਿਨ੍ਹਾਂ ਦੇ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਉੱਥੇ ਜਦੋਂ ਪੱਤਰਕਾਰਾਂ ਦੇ ਵੱਲੋਂ ਦੋਸ਼ੀ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਸਦਾ ਕਹਿਣਾ ਸੀ ਕਿ ਉਹ ਬਾਜ਼ਾਰ ਦੇ ਵਿੱਚ ਕੋਈ ਸਮਾਨ ਲੈਣ ਗਿਆ ਸੀ ਤੇ ਜਦੋਂ ਉਹ ਦਵਾਈਆਂ ਲੈ ਕੇ ਵਾਪਸ ਜਾਣ ਦੀ ਕੋਸ਼ਿਸ਼ ਕਰਦਾ ਉਸਨੇ ਆਪਣੀ ਕਾਰ ਨੂੰ ਚਲਾਉਣਾ ਸ਼ੁਰੂ ਕੀਤਾ ਤਾਂ ਉਸਨੂੰ ਇਹ ਅੰਦਾਜ਼ਾ ਨਹੀਂ ਸੀ ਕਿ ਉਸਦੀ ਕਾਰ ਦੇ ਹੇਠਾਂ 1 ਬੱਚਾ ਖੇਡ ਰਿਹਾ। ਉਸਨੇ ਆਪਣੀ ਕਾਰ ਚਲਾਈ ਤੇ ਜਦੋਂ ਉਸਨੂੰ ਮਹਿਸੂਸ ਹੋਇਆ ਕਿ ਉਸਦੀ ਕਾਰ ਦੇ ਹੇਠਾਂ ਕੁਝ ਆ ਗਿਆ ਤਾਂ ਉਸਨੇ ਦੇਖਿਆ ਕਿ 1 ਮਾਸੂਮ ਬੱਚਾ, 2 ਸਾਲ ਦਾ ਇਹ ਬੱਚਾ ਉਸਦੀ ਕਾਰ ਦੁਆਰਾ ਦਰੜਿਆ ਗਿਆ ਸੀ। ਹਾਲਾਂਕਿ ਉਸਦਾ ਇਹ ਵੀ ਕਹਿਣਾ ਹੈ ਕਿ ਉਸਨੇ ਆਪਣੀ ਗਲਤੀ ਨੂੰ ਕਬੂਲ ਕੀਤਾ ਹੈ ਤੇ ਥਾਣੇ ਵੀ ਪਹੁੰਚਿਆ ਹੈ। ਪੁਲਿਸ ਨੇ ਉਸਦੇ ਬਿਆਨਾਂ ਨੂੰ ਰਿਕਾਰਡ ਕਰ ਲਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਜੋ ਵੀ ਬਣਦੀ ਕਾਰਵਾਈ ਹੈ ਉਹ ਪੁਲਿਸ ਦੇ ਵੱਲੋਂ ਕੀਤੀ ਜਾਏਗੀ। ਤਾਂ ਉੱਥੇ ਹੀ ਪੀੜਿਤ ਬੱਚੇ ਦੀ ਮਾਂ ਆਪਣੇ ਬੱਚੇ ਨੂੰ ਗੋਦ ਦੇ ਵਿੱਚ ਲੈ ਕੇ ਰੋਂਦੀ ਕੁਰਲਾਉਂਦੀ ਨਜ਼ਰ ਆ ਰਹੀ ਹੈ। ਤਸਵੀਰਾਂ ਸਾਹਮਣੇ ਆ ਰਹੀਆਂ ਨੇ ਲੁਧਿਆਣਾ ਦੇ ਫੇਸ 3 ਤੋਂ, ਜੋ ਕਿ ਬੇਹੱਦ ਪਰੇਸ਼ਾਨ ਕਰਨ ਵਾਲੀਆਂ ਨੇ। ਮਾਂ ਦਾ ਰੋ ਰੋ ਕੇ ਬੁਰਾ ਹਾਲ ਹੋਇਆ ਹੋਇਆ ਤੇ ਡਾਕਟਰਾਂ ਨੇ ਉਸ ਬੱਚੇ ਨੂੰ ਮ੍ਰਿਤਕ ਐਲਾਨ ਦਿੱਤਾ। 2 ਸਾਲਾਂ ਦਾ ਇਹ ਮਾਸੂਮ ਬੱਚਾ 1 ਕਾਰ ਹਾਦਸੇ ਦੇ ਵਿੱਚ ਕੁਚਲਿਆ ਗਿਆ। ਪ੍ਰਿਯੰਕਾ ਨਾਮ ਹੈ ਮੇਰਾ। ਇਹ ਘਟਨਾ ਕਹਾਂ ਪੇ ਹੋਈ, ਕਿਆ ਬਾਤ ਹੋਈ? ਇਹ ਯਹਾਂ ਫੇਸ 3 ਮੇਂ ਹੋਈ ਹੈ, ਆਰਮੀ ਫਲੈਟ ਕੇ ਸਾਹਮਨੇ। ਮੈਂ ਤੋ ਆਪਣੇ ਕਾਮ ਪੇ ਥੀ, ਰੋਨੇ ਕੀ ਆਵਾਜ਼ ਆਈ ਬਹੁਤ ਜ਼ਿਆਦਾ, ਤਬ ਮੈਂ ਭਾਗ ਕੇ ਗਈ ਥੀ ਵਹਾਂ ਪੇ। ਤਬ ਦੇਖਾ ਤੋ ਇਹ ਹਾਲਤ, ਵਹਾਂ ਪੇ ਸਾਰੇ ਲੋਗ ਆਪਣੇ ਆਪਣੇ ਲੱਗੇ ਹੋਏ। ਮੈਨੇ ਬੋਲਾ ਇਸਕੋ ਲੈ ਕੇ ਚਲੋ, ਲੈ ਕੇ ਚਲੋ, ਵੋ ਅੰਕਲ ਵੀ ਨਹੀਂ ਲੈ ਕੇ ਗਿਆ। ਬੇਟਾ ਬੱਚੇ ਕੀ ਕਿਤਨੀ ਹੋਈ? 2 ਸਾਲ ਕੀ ਹੈ ਅਭੀ ਵੋ। ਬੱਚੇ 3-4 ਬੱਚੇ ਖੇਡਦੇ ਸੀ, ਬੱਚੇ ਖੇਡਦੇ ਸੀ ਮੈਨੂੰ ਨਹੀਂ ਪਤਾ, ਪਰ ਬੱਚੇ ਮੈਂ ਗੱਡੀ ਸਟਾਰਟ ਕੀਤੀ, ਥੱਲੇ ਬੱਚਾ ਸੀ ਗੱਡੀ ਦੇ ਥੱਲੇ। ਤੇ ਤੁਸੀਂ ਦੇਖਿਆ ਨਹੀਂ ਗੱਡੀ ਦੇ ਥੱਲੇ? ਮੈਂ ਕਿੱਥੇ ਦੇਖਿਆ। ਅੱਛਾ ਜੀ, ਬੱਚੇ ਹੋਰ ਵੀ ਖੇਡ ਰਹੇ ਸੀ? ਬੱਚੇ 4-5 ਬੱਚੇ ਸੀਗੇ, ਛੋਟੇ ਛੋਟੇ ਬੱਚੇ ਖੇਡਦੇ ਹੋ। ਅਤੇ ਉਹ ਗੱਡੀ ਦੇ ਥੱਲੇ ਸੀ ਇੱਕ ਬੱਚਾ, ਮੈਂ ਗੱਡੀ ਸਟਾਰਟ ਕੀਤੀ, ਮੈਂ ਤਾਂ ਆਪਣੇ ਵੱਲੋਂ ਸਮਾਨ ਲਿੱਤਾ ਗੱਡੀ ਸਟਾਰਟ ਕੀਤੀ ਜਾਣ ਨੂੰ, ਉਹ ਗੱਡੀ ਥੱਲੇ ਚੱਕ ਕਰ ਲਿਆ। ਅਤੇ ਜਦੋਂ ਨੀਚੇ ਆਇਆ ਉਦੋਂ ਮਹਿਸੂਸ ਹੋਇਆ ਤੁਹਾਨੂੰ? ਜਦੋਂ ਕੁਛ ਗੱਡੀ ਖਾ। ਅਤੇ ਕਿੰਨੇ ਕੁ ਉਮਰ ਹੈ ਬੱਚੇ ਦੀ? ਬੱਚਾ ਛੋਟਾ ਜਿਹਾ ਜੀ, ਮੈਂ ਕੱਲ੍ਹ 3 ਕੁ ਹੋਣਾ। ਅਤੇ ਬੱਚੇ ਦੀ ਡੈਥ ਹੋ ਗਈ ਹੁਣ? ਹਾਂਜੀ। ਮੇਰੀ ਗੱਲ ਸੁਣੋ, ਤੁਸੀਂ ਹਰ ਕੰਮ ਤੇ ਲਾਈਵ ਲੈ ਆਉਂਦੇ ਹੋ, ਕਿਰਪਾ ਕਰਕੇ ਮੈਨੂੰ ਕੋਈ ਨੀ ਪਤਾ ਐਕਸੀਡੈਂਟ ਦਾ ਮੈਟਰ ਦੀ ਇਨਫੋਰਮੇਸ਼ਨ ਆਈ ਸੀ। ਮੇਰੀ ਗੱਲ ਸੁਣੋ ਬਾਈ ਜੀ, ਤੁਸੀਂ ਧੱਕਾ ਨਾ ਕਰੋ ਵੀਰੇ, ਜੱਸੇ ਐਕਸੀਡੈਂਟ ਦੀ ਇੰਟੀਮੇਸ਼ਨ ਮਿਲੀ ਆ, ਮੌਕੇ ਤੇ ਆਏ ਆ, ਦੇਖ ਰਹੇ ਆ, ਬੱਚੀ ਨੂੰ ਹਸਪਤਾਲ ਭੇਜਿਆ ਅੱਗੇ ਫਰਦਰ ਚੈੱਕ। ਮੈਨੂੰ ਅਜੇ ਉਹਨਾਂ ਨੇ ਕੁਛ ਨਹੀਂ ਦੱਸਿਆ, ਰੋਂਦੇ ਨੇ ਉਹਨਾਂ ਨੂੰ ਐਜ਼ ਬੱਚੇ ਡੈਥ ਹੋ ਗਈ ਲੱਗਦਾ ਹੈ ਕਿ ਉਹ ਠੰਡਾ ਸਰੀਰ ਆ ਉਹਦਾ, ਬਟ ਉਹ ਡਾਕਟਰ ਡਿਕਲੇਅਰ ਕਰ ਤੇ ਡਾਕਟਰ ਨੇ ਇੱਥੇ ਵੀ ਵੈਸੇ ਡਿਕਲੇਅਰ ਕਰ, ਇੱਥੇ ਕੋਈ ਡਾਕਟਰ ਨਹੀਂ, ਉਹਨਾਂ ਨੂੰ ਮੈਂ ਪੁੱਛਿਆ, ਉਹ ਕਹਿੰਦੇ ਨਹੀਂ ਸਾਡੇ ਕੋਲ ਨਹੀਂ ਲੈ ਕੇ ਆਏ। ਕਿਹੜੇ ਥਾਣੇ ਦਾ ਮਾਮਲਾ ਸਰ? ਡੁਗਰੀ ਥਾਣੇ ਦਾ ਮਾਮਲਾ। ਲੁਧਿਆਣਾ ਤੋਂ ਰਵਿੰਦਰ ਸਿੰਘ ਬੱਦਨ ਦੀ ਰਿਪੋਰਟ ਔਨ ਏਅਰ।